ਲਾਈਫ ਫੰਡ ਉਹ ਨਹੀਂ ਉਹ ਦੁਕਾਨ ਆ ਮਾੜਾ ਮੇਨ ਦੁਕਾਨ ਅਗਲੀ
ਜੀ ਦੀ ਦੁਕਾਨ ਹੈ ਜੀ ਮੇਰੀ। ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਆ ਵੇਖੋ ਦੇਖੋ ਸਾਰੇ ਖੜੇ ਆ। ਮੈਂ ਕਹਿੰਦਾ ਜੀ ਰਾਜਾ ਸਾਹਿਬ ਨਾਲ ਗੱਲ ਹੋਈ ਗਈ ਉਹਨਾਂ ਨੇ ਸਾਨੂੰ ਸਪੈਸ਼ਲ ਮਿਲ ਗਿਆ ਨੇ ਇੱਕ ਬੜੀ ਗੱਲ ਆ ਯਾਰ। ਆਹ ਵੇਖੋ ਖੜੇ ਨੇ ਦੁਕਾਨ ਵਾਲੇ ਆ ਜਾਓ ਤੇ ਕੰਮ ਕਰ ਮੇਰੇ ਅਸੀਂ ਰੱਖ ਲਓ ਚਲੋ ਯਾਰ ਸਭ ਬੰਦ ਹੈ ਕੰਪਿਊਟਰ ਕਿਹੜੇ ਅਸੀਂ ਕੰਮ ਦੇ ਲੋਕਾਂ ਨੂੰ ਪਾ ਜਨਾਬ ਤੁਸੀਂ ਸਾਢੇ ਨੌ ਤੱਕ ਦੇ ਜਾਂਦੇ ਭਾਜੀ ਭਾਜੀ ਸਕੂਲ ਵੀ ਸਕੂਲ ਦੀ ਵੇਰੇ 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 ਸਾਡੇ
ਅੱਜ ਇੱਥੇ ਸਾਡੇ ਕੋਲ ਰਾਣਾ
ਚੁੱਕੇ ਨੇ ਬੱਲਾ ਕਿਸਾਨ ਐਸੋਸੀਏਸ਼ਨ ਵੱਲੋਂ ਔਰ ਜਿੰਨੇ ਵੀ ਇੱਥੇ ਐਸੋਸੀਏਸ਼ਨ ਸਾਰਿਆਂ ਦੇ ਪ੍ਰਧਾਨ ਆਗੂ ਸਾਰੇ ਦੁਕਾਨਦਾਰ ਇਹਨਾਂ ਦਾ ਮਿਲ ਕੇ ਸਵਾਗਤ ਕਰਦੇ ਨੇ ਅਤੇ ਧੰਨਵਾਦ ਕਰਦੇ ਨੇ। ਕੋਮਲ ਖੰਨਾ ਜੀ ਨੇ ਸਾਡੇ ਕੋਲ ਆਏ ਨੇ 40 ਸਾਲ ਤੋਂ ਪਹਿਲੇ ਦੇ ਦੱਕੀ ਦੇ ਵਾਲੀ ਗੁਰਪ੍ਰੀਤ ਖੁਰਾਨਾ ਜੀ ਜਿਹੜੇ ਕਿ ਸਾਡੇ ਸਾਬਕਾ ਰਹਿ ਚੁੱਕੇ ਨੇ, ਕਾਂਗਰ ਸਾਹਿਬ ਜੀ ਵੀ ਆ ਚੁੱਕੇ ਨੇ, ਹੋਰ ਵੀ ਸਾਡੇ ਕੋਲ ਸਾਰੇ ਆਏ ਨੇ ਸਾਰਿਆਂ ਦਾ ਧੀਰੇ ਬਾਅਦ ਮੈਂ ਹਾਂਜੀ ਟਾਇਮ ਮੈਂ ਇਹਨਾਂ ਨੂੰ ਦੇ ਦਿੱਤਾ। ਹੁਣ ਸਾਰੇ ਦੋ ਮਿੰਟਾਂ ਰਾਜਾ ਬਾਈ ਜੀ ਦਾ ਗੱਲਾਂ ਸੁਣੋ, ਆਪਣੇ ਵਿਚਾਰ ਖੁਦ ਮੈਂ ਗੱਲਾਂ ਸੁਣੋ। ਬਹੁਤ ਹੀ ਧੰਨਵਾਦ ਸਾਰੇ ਸਾਥੀਆਂ ਦਾ। ਔਰ ਅੱਜ ਇਸ ਬਾਜ਼ਾਰ ਚ ਆ ਕੇ ਬਹੁਤ ਚੰਗਾ ਲੱਗਿਆ, ਜਿਸ ਪ੍ਰਕਾਰ ਦਾ ਪਿਆਰ ਲੁਧਿਆਣਾ ਦੇ ਲੋਕ ਦੇ ਰਹੇ ਨੇ, ਮੈਨੂੰ ਲੱਗਦਾ ਕਿ ਆਉਣ ਵਾਲੀਆਂ 7 ਪੁਸ਼ਤਾਂ ਵੀ ਅਸੀਂ ਤੁਹਾਡਾ ਆਸਾਨ ਦੇ ਜਿਸ ਪ੍ਰਕਾਰ ਦਾ ਪਿਆਰ ਤੁਸੀਂ ਦਿੱਤਾ ਬਿਨਾਂ ਰਿਸ਼ਤੇ ਤੋਂ ਇੱਕ ਬਗਾਨੇ ਬੰਦੇ ਨੂੰ ਆਪਦੇ ਦਿਲ ਨਾਲ ਲਾ ਕੇ ਆਪਦੀ ਹਿੱਕ ਨਾਲ ਲਾ ਕੇ ਆਸ਼ੀਰਵਾਦ ਦਿੱਤਾ। ਮੈਂ ਤੁਹਾਡੇ ਨਾਲ ਅੱਜ ਇੱਕ ਗੁਰਸਿੱਖ ਹੋਣ ਦੇ ਨਾਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਦਾ ਹੋਇਆ ਤੁਹਾਡੇ ਨਾਲ ਪਰਮ ਕਰਦਾ ਇੱਕ ਗੱਲ ਦਾ ਕਿ ਰਾਜਾ ਵੜਿੰਗ ਜ਼ਿੰਦਗੀ ਭਰ ਤੁਹਾਨੂੰ ਲੋਕਾਂ ਨੂੰ ਧੋਖਾ ਨਹੀਂ ਦੇਵੇਗਾ। ਪਰ ਮੇਰਾ ਟੈਲੀਫੋਨ ਰਾਜਾ ਵੜਿੰਗ ਦਾ ਟੈਲੀਫੋਨ ਹਮੇਸ਼ਾ ਲੁਧਿਆਣੇ ਦੇ ਲੋਕਾਂ ਵਾਸਤੇ ਖੁੱਲਾ ਰਹੇਗਾ ਔਰ ਵੱਜਦਾ ਰਹੇਗਾ। ਔਰ ਮੈਂ ਇੱਕ ਗੱਲ ਦਾ ਹੋਰ ਪਰਮ ਤੁਹਾਨੂੰ ਕਰਨਾ ਚਾਹੁੰਦਾ ਕਿ ਅਗਰ ਦੇਸ਼ ਦੀ ਪਾਰਲੀਮੈਂਟ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ, 543 MP ਹੁੰਦੇ ਆ ਦੇਸ਼ ਦੀ ਪਾਰਲੀਮੈਂਟ ਦੇ ਵਿੱਚ, ਮੈਂ ਪਹਿਲੇ ਨੰਬਰ ਤੇ ਤਾਂ ਨਹੀਂ ਕਰੂੰਗਾ, ਮੈਂ ਆਵਾਂਗਾ, ਲੇਕਿਨ ਪਹਿਲੇ 3 ਚੋਂ ਤੁਹਾਡਾ ਲੁਧਿਆਣੇ ਦਾ MP ਦੇਸ਼ ਦੀ ਲੋਕ ਸਭਾ ਦੇ ਵਿੱਚ ਤੁਹਾਡੀ ਆਵਾਜ਼ ਬੁਲੰਦ ਕਰਿਆ ਕਰੇਗਾ। ਪਰ ਤੁਸੀਂ ਮਾਣ ਮਹਿਸੂਸ ਕਰੋਗੇ ਕਿ ਜਿਹਨੂੰ ਅਸੀਂ MP ਬਣਾਇਆ ਸੀ, ਅੱਜ ਸਾਡੇ ਮੁੱਦਿਆਂ ਦੀ, ਪੰਜਾਬ ਦੇ ਮੁੱਦਿਆਂ ਦੀ, ਲੁਧਿਆਣੇ ਦੇ ਮੁੱਦਿਆਂ ਦੀ, ਪੰਜਾਬ ਦੀ ਪੱਗ ਦੀ, ਪੰਜਾਬੀ ਦੀ ਤੇ ਪੰਜਾਬੀਅਤ ਦੀ ਆਉਣ ਵਾਲੇ ਦਿਨਾਂ ਚ ਰਾਖੀ ਕਰਾਂਗਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਾਡੇ ਰਿਸ਼ਤੇਦਾਰ ਵੀ ਭਾਈ ਇੱਥੇ ਕੇਵਲ ਕ੍ਰਿਸ਼ਨ ਜੀ ਗੋਇਲ ਸਾਹਿਬ, ਸੋ ਅੱਗੇ ਰਕੇਸ਼ ਜੀ ਗੋਇਲ, ਰਤਨ ਲਾਲ ਚੇਅਰਮੈਨ ਗੁਰਦੁਆਰ, ਰਮਨ ਕੁਮਾਰ ਗਰਗ ਜੀ, ਸੋ ਅਰਵਿੰਦ ਸ਼ਰਮਾ ਜੀ, ਸਾਡੇ ਚੀਨੀ ਜੀ, ਉਹਨਾਂ ਸਾਰਿਆਂ ਦਾ ਧੰਨਵਾਦ। ਜੇ ਭਾਈ ਕਿਸੇ ਦਾ ਨਾਂ ਰਹਿ ਗਏ ਤਾਂ ਇਸ ਚੁਣਾਵ ਚ ਗੁੱਸਾ ਨਹੀਂ ਕਰਨਾ, ਕਿਉਂਕਿ ਮੈਨੂੰ ਪਤਾ ਨਹੀਂ ਲੱਗਦਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਮਗਰ 15 ਦਿਨਾਂ ਤੋਂ ਲੋਕ ਮੋਢਿਆਂ ਤੋਂ ਚੱਕੀ ਫਿਰਦੇ ਆ, ਤੇ ਦੂਜਾ ਮੇਰੇ ਵਿਰੋਧੀਆਂ ਨੂੰ ਕਹਿਣ ਲੱਗ ਗਏ ਕਿ ਭਾਈ ਅੱਜ ਮੈਂ ਕਿਸੇ ਆਪਣੇ ਰਾਤ ਦੋਸਤ ਨੂੰ ਮਿਲਿਆ ਸੀ, ਉਹ ਚੰਗਾ ਮਿੱਤਰ ਸੀ, ਉਹ ਕਹਿੰਦਾ ਮੈਂ ਵਾਲ ਕਟਾਉਣ ਗਿਆ ਸੀ ਕੱਲ ਪਰਸੋਂ, ਤੇ ਕਹਿੰਦਾ ਜਦੋਂ ਵਾਲ ਮੈਂ ਬਣਾ ਰਿਹਾ ਸੀ ਤਾਂ ਮੈਂ ਆਪਣੇ ਵਾਲ ਕੱਟਣ ਵਾਲੇ ਉਸ ਭਰਾ ਨੂੰ, ਸੱਜਣ ਨੂੰ ਪੁੱਛਿਆ ਯਾਰ ਵੋਟ ਕਿਸ ਕੋ ਦੋਗੇ, ਉਹ ਕਹਿੰਦਾ ਜਨਾਬ ਜੋ ਉਸਕੋ ਆਪ ਦੇਵੋਗੇ ਹਮ ਉਸਕੋ ਵੋਟ ਦੇਂਗੇ, ਜੈਸਾ ਆਪਕਾ ਦੇਸ਼ ਹੋਗਾ। ਉਹ ਕਹਿੰਦਾ ਯਾਰ ਤੂੰ ਮੇਰਾ ਦੇਸ਼ ਛੋੜ, ਤੂੰ ਬਤਾ ਕਿਸ ਕੋ ਵੋਟ ਦੇਗਾ। ਕਹਿੰਦਾ ਜੀ ਮੇਰਾ ਦਿਲ ਕਰ ਰਿਹਾ ਹੈ ਜਿਸਕੋ ਬਾਰੀ ਬਾਰੀ ਕਹਿ ਰਹੇ ਨਾ, ਮੈਂ ਉਸਕੋ ਵੋਟ ਦੇਣਾ ਚਾਹਤਾ ਹੂੰ ਜਿਸਕੋ ਬਾਹਰ ਨਾ ਕਹਿ ਰਹੇ। ਤੇ ਮੈਂ ਇਹ ਵੀ ਕਹਿਣਾ ਚਾਹੁੰਦਾ, ਮੈਂ ਪੰਜਾਬ ਦਾ ਪੁੰਡ ਹੈ, ਪੰਜਾਬ ਦਾ ਪੁੱਤ ਹੈ, ਡਾਕਟਰ ਭਾਵੇਂ ਕਲਕੱਤੇ ਦਾ ਹੋਵੇ ਪਰ ਦਵਾਈ ਚੰਗੀ ਦਿੰਦਾ ਹੋਵੇ, ਥੋੜਾ ਇਲਾਜ ਚੰਗਾ ਕਰਦਾ ਹੋਵੇ, ਆਦਮੀ ਕਲਕੱਤੇ ਨਹੀਂ ਜਾ ਸਕਦਾ, ਤੇ ਹੋਵੇ ਬਿੱਟੂ ਦੇ ਪੱਤੀ ਵਰਗਾ
ਦਵਾਈ ਸਿਰ ਦੁਖਦੇ ਨੂੰ ਮੰਨੋ ਤੇ ਲਾ ਦੇ ਧੁਰਕ ਦਾ ਟੀਕਾ ਤੇ ਤੁਹਾਡਾ ਕੰਮ ਕਰਦਾ ਫਾਇਦਾ ਨਹੀਂ ਹੈ। ਸੋ ਉਹਨਾਂ ਗੱਲਾਂ ਦਾ ਧਿਆਨ ਰੱਖਣਾ। ਰਾਜਾ ਵਰਿੰਗ ਦੀ ਯਾਰੀ ਸ਼ੇਰ ਦੀ ਸਵਾਰੀ ਹੈ, ਪਾ ਕੇ ਦੇਖ ਲਓ ਕਦੇ ਧੋਖਾ ਨਹੀਂ ਦੇਗੀ। ਇੱਕ ਪੰਜਾਬੀ ਚ ਪਹਿਲਾਂ ਨਾ ਬੱਸਾਂ ਦੇ ਵਿੱਚ ਮੱਲਮ ਮਿਲਦੀ ਹੁੰਦੀ ਸੀ, ਮੱਲਮ ਉਹਦਾ ਨਾਂ ਹੁੰਦਾ ਸੀ ਬੰਬੇ ਮੱਲਮ। ਪਤਾ ਨੀ ਮੈਂ ਤਾਂ ਗਰੀਬ ਬੱਸਾਂ ਤੇ ਵੀ ਚੜ੍ਹਦਾ ਰਿਹਾ। ਆਹ ਸੰਤ ਵੀ ਦੀਆਂ ਗੋਲੀਆਂ ਵੇਚਣ ਵਾਲੇ ਉਹ ਕਹਿੰਦੇ ਸੀ ਬੰਬੇ ਮੱਲਮ ਅਭੀ ਲਗਾਓ ਅਭੀ ਆਰਾਮ। ਰਾਜਾ ਵਰਿੰਗ ਬੰਬੇ ਮੱਲਮ ਮਰ ਗਿਆ, ਜਦੋਂ ਲਾਇਆ ਕਰੋਗੇ ਉਦੋਂ ਆਰਾਮ ਦੇ ਰਿਹਾ ਕਰੂਗਾ ਤੁਹਾਨੂੰ। ਇਸ ਮਾਲ ਨਹੀਂ ਹਾਂ ਐਸੇ ਬਥੇਰੇ ਲੋਕ ਹੈ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਭੇ ਅਰਜ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਜੈ ਸ਼੍ਰੀ ਰਾਮ ਜਗਾਰਾ ਵੀਰ ਬਦਰੰਗੇ ਆਉਣ ਨਾਲ
ਭਾਈ ਜੀ ਪਾਵਰ ਬੈਂਕ ਪਾਵਰ ਬੈਂਕ ਪਾਵਰ ਬੈਂਕ ਲਿਖੇ ਭਾਈ Thank you.
ਚਲੋ ਬਾਈ ਜੀ ਚਲੋ ਜੀ ਚਲੋ 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 ਇਹਦਾ ਘੋੜਾ ਜਿਹੜੇ ਮੁੰਡੇ ਮਾਰਿਆ ਉਹ ਇੱਥੇ ਨਵਾਂ ਲਾਉਂਦੇ ਆ ਜੀ।
ਹਰੇ ਕੋ ਵੀ।